ਸਾਡੇ ਸਮਾਜ ਦੇ ਵਿੱਚ ਬਹੁਤ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਕਿ ਲੋਕਾਂ ਲਈ ਇੱਕ ਹਾਸਾ ਮਜ਼ਾਕ ਬਣ ਕੇ ਰਹਿ ਜਾਂਦੀਆਂ ਹਨ, ਪਰ ਜਿਸ ਨਾਲ ਇਹ ਸਭ ਕੁਝ ਬੀਤਿਆ ਹੁੰਦਾ ਹੈ ਉਸ ਇਨਸਾਨ ਦੀ ਪਰੇਸ਼ਾਨੀ ਦਾ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਜਿਵੇਂ ਕਹਿੰਦੇ ਹਨ, ਜਿਸ ਤਨ ਲਾਗੀ ਸੋ ਤਨ ਜਾਣੇ। ਅੱਜ ਤੁਹਾਡੇ ਨਾਲ ਇੱਕ ਅਜਿਹੀ ਹੀ ਲੜਕੀ ਬਾਰੇ ਗੱਲ ਕਰਨ ਜਾ ਰਹੇ ਹਾਂ। ਅਸਲ ਵਿੱਚ ਜਿਸ ਦਿਨ ਉਸ ਲੜਕੀ ਦਾ ਵਿਆਹ ਸੀ ਉਸ ਦਿਨ ਤਿੰਨ ਲਾਵਾਂ ਲੈਣ ਤੋਂ ਬਾਅਦ ਚੌਥੀ ਲਾਵ ਲੈਣ ਲਈ ਖੜੀ ਹੋਈ ਤਾਂ ਉਸਦਾ ਲਹਿੰਗਾ ਖੁੱਲ੍ਹ ਗਿਆ। ਫੋਟੋਗ੍ਰਾਫਰਾਂ ਤੋਂ ਬਿਨਾਂ ਵੀ ਜੋ ਲੋਕ ਆਪਣੇ ਮੋਬਾਈਲ 'ਤੇ ਵੀਡੀਓ ਰਿਕਾਰਡ ਕਰ ਰਹੇ ਸੀ ਤਾਂ ਇਹ ਘਟਨਾ ਉਹਨਾਂ ਦੇ ਫੋਨ ਵਿੱਚ ਰਿਕਾਰਡ ਹੋ ਗਈ। ਅਸਲ ਵਿੱਚ ਇੱਕ ਵੱਡੇ ਸਾਈਜ਼ ਦੇ ਲਹਿੰਗੇ ਦੀ ਫਿਟਿੰਗ ਕੀਤੀ ਜਾਂਦੀ ਹੈ, ਉਸ ਵਿੱਚ ਸਿਉਣ ਮਾਰੀ ਜਾਂਦੀ ਹੈ ਜਾਂ ਫਿਰ ਉਸ ਨੂੰ ਟਾਈਟ ਕਰਨ ਲਈ ਹੋਰ ਕਈ ਤਰੀਕੇ ਵਰਤੇ ਜਾਂਦੇ ਹਨ। ਪਰ ਸ਼ਾਇਦ ਉਹ ਸਿਉਣ ਕੱਚੀ ਸੀ ਜਾਂ ਸਹੀ ਤਰੀਕੇ ਨਾਲ ਨਹੀਂ ਵੱਜੀ ਸੀ, ਜਿਸ ਕਰਕੇ ਉਹ ਸਿਉਣ ਉੱਧੜ ਗਈ ਅਤੇ ਲਹਿੰਗਾ ਪਿੱਛੋਂ ਖੁੱਲ੍ਹ ਗਿਆ। ਹਾਲਾਂਕਿ ਕੁੜੀ ਦੀਆਂ ਭੈਣਾਂ ਅਤੇ ਭਰਜਾਈਆਂ ਨੇ ਭੱਜ ਕੇ ਆਪਦੀਆਂ ਚੁੰਨੀਆਂ ਨਾਲ ਲਾੜੀ ਨੂੰ ਢੱਕ ਦਿੱਤਾ ਸੀ ਅਤੇ ਲਾੜੀ ਦੇ ਪਰਿਵਾਰ ਵੱਲੋਂ ਸਭ ਨੂੰ ਬੇਨਤੀ ਕੀਤੀ ਗਈ ਸੀ ਕਿ ਇਹ ਘਟਨਾ ਬਾਹਰ ਨਾ ਜਾਵੇ। ਫੋਟੋਗ੍ਰਾਫਰ ਨੂੰ ਵੀ ਉਹ ਰਿਕਾਰਡਿੰਗ ਡਿਲੀਟ ਕਰਨ ਲਈ ਕਿਹਾ ਗਿਆ ਕਿਉਂਕਿ ਇਹ ਉਹਨਾਂ ਦੀ ਇੱਜ਼ਤ ਦਾ ਸਵਾਲ ਸੀ। ਪਰਿਵਾਰ ਨੇ ਬਾਕੀ ਲੋਕਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕੀਤੀ ਕਿ ਜੇਕਰ ਕਿਸੇ ਨੇ ਵੀਡੀਓ ਰਿਕਾਰਡ ਕੀਤੀ ਹੈ ਤਾਂ ਵੀਡੀਓ ਡਿਲੀਟ ਕਰ ਦਿੱਤੀ ਜਾਵੇ, ਪਰ ਫਿਰ ਵੀ ਕਿਸੇ ਮਾੜੀ ਸੋਚ ਵਾਲੇ ਵਿਅਕਤੀ ਨੇ ਇਹ ਵੀਡੀਓ ਅੱਗੇ ਭੇਜ ਦਿੱਤੀ। ਇਹ ਮਾੜੀ ਸੋਚ ਵਾਲਾ ਵਿਅਕਤੀ ਆਦਮੀ ਵੀ ਹੋ ਸਕਦਾ ਹੈ ਅਤੇ ਔਰਤ ਵੀ, ਪਰ ਉਸ ਲੜਕੀ ਦਾ ਬਹੁਤ ਜ਼ਿਆਦਾ ਮਜ਼ਾਕ ਬਣਿਆ। ਉਸ ਲੜਕੀ ਅਤੇ ਉਸਦੇ ਪਰਿਵਾਰ 'ਤੇ ਕੀ ਬੀਤੀ ਹੋਵੇਗੀ ਇਹ ਤਾਂ ਉਸਦਾ ਪਰਿਵਾਰ ਹੀ ਜਾਣਦਾ ਹੈ। ਉਹ ਲੜਕੀ ਬਹੁਤ ਮਾਯੂਸ ਹੋ ਚੁੱਕੀ ਸੀ ਅਤੇ ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ ਕਿਉਂਕਿ ਇਹ ਘਟਨਾ ਉਸਦੇ ਪੇਕਿਆਂ ਅਤੇ ਸਹੁਰੇ ਪਰਿਵਾਰ ਦੇ ਸਾਹਮਣੇ ਵਾਪਰੀ ਸੀ। ਪਰ ਲਾਣਤ ਹੈ ਉਹਨਾਂ ਦੀ ਸੋਚ 'ਤੇ ਜਿਨ੍ਹਾਂ ਨੇ ਇਹ ਘਟਨਾ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਅਤੇ ਇਸ ਵੀਡੀਓ ਨੂੰ ਵਾਇਰਲ ਕੀਤਾ। ਹੌਲੀ ਹੌਲੀ ਸ਼ਹਿਰ ਦੇ ਲੋਕਲ ਪੱਤਰਕਾਰਾਂ ਤੱਕ ਵੀ ਇਹ ਗੱਲ ਪਹੁੰਚ ਗਈ, ਪਰ ਪਰਿਵਾਰ ਨੇ ਕਿਸੇ ਨਾਲ ਵੀ ਗੱਲ ਕਰਨ ਤੋਂ ਮਨਾ ਕਰ ਦਿੱਤਾ। ਲੜਕੀ ਦੇ ਫਾਦਰ ਨੇ ਕਿਹਾ, ਜੇਕਰ ਇਹੀ ਘਟਨਾ ਤੁਹਾਡੀ ਬੇਟੀ ਨਾਲ ਜਾਂ ਤੁਹਾਡੀ ਭੈਣ ਨਾਲ ਹੁੰਦੀ ਤਾਂ ਕੀ ਤੁਸੀਂ ਇੰਟਰਵਿਊ ਦਿੰਦੇ? ਮੈਂ ਇੱਕ ਬੇਟੀ ਦਾ ਬਾਪ ਹਾਂ ਅਤੇ ਬੇਟੀ ਦੀ ਇੱਜ਼ਤ ਕੀ ਹੁੰਦੀ ਹੈ ਇੱਕ ਬੇਟੀ ਦਾ ਬਾਪ ਹੀ ਸਮਝ ਸਕਦਾ ਹੈ। ਇੱਕ ਤਾਂ ਮਾੜੀ ਸੋਚ ਵਾਲੇ ਨੇ ਮੇਰੀ ਲੜਕੀ ਦੀ ਵੀਡੀਓ ਵਾਇਰਲ ਕੀਤੀ, ਉੱਪਰੋਂ ਤੁਸੀਂ ਪੱਤਰਕਾਰ ਹੋਰ ਨਮਕ ਛਿੜਕ ਰਹੇ ਹੋ। ਅਜਿਹੇ ਵਿੱਚ ਜੇਕਰ ਉਸ ਬੱਚੀ ਨੇ ਪਰੇਸ਼ਾਨ ਹੋ ਕੇ ਕੋਈ ਕਦਮ ਚੁੱਕ ਲਿਆ ਤਾਂ ਉਸਦਾ ਜ਼ਿੰਮੇਦਾਰ ਕੌਣ ਹੋਵੇਗਾ? ਤੁਹਾਡੇ ਮਜ਼ਾਕ ਦੀ ਵਜ੍ਹਾ ਕਰਕੇ ਇੱਕ ਇਨਸਾਨ ਦੀ ਜਾਨ ਵੀ ਜਾ ਸਕਦੀ ਹੈ। ਉਸਦੀ ਜ਼ਿੰਦਗੀ ਤਾਂ ਪਹਿਲਾਂ ਹੀ ਨਰਕ ਬਣੀ ਹੋਈ ਹੈ ਕਿਉਂਕਿ ਉਸਦੇ ਸਹੁਰੇ ਵੀ ਉਸਨੂੰ ਚੰਗਾ ਨਹੀਂ ਸਮਝ ਰਹੇ ਕਿਉਂਕਿ ਉਹਨਾਂ ਦੀ ਵੀ ਬਦਨਾਮੀ ਹੋਈ ਹੈ। ਉਹ ਤਾਂ ਪ੍ਰਾਹੁਣੇ ਦੀ ਚੰਗੀ ਸੋਚ ਹੈ ਕਿ ਉਹ ਸਮਝ ਰਿਹਾ ਹੈ ਇਹ ਸਭ ਕੁਝ ਅਚਾਨਕ ਹੋਇਆ ਹੈ, ਜਾਣਬੁੱਝ ਕੇ ਨਹੀਂ ਕੀਤਾ ਗਿਆ। ਲੜਕੀ ਦੇ ਪਿਤਾ ਨੇ ਪੱਤਰਕਾਰਾਂ ਨੂੰ ਕਿਹਾ, ਜੇਕਰ ਕੁਝ ਛਾਪਣਾ ਹੀ ਹੈ ਤਾਂ ਇਹ ਛਾਪੋ ਕਿ ਵੀਡੀਓ ਨੂੰ ਹੋਰ ਅੱਗੇ ਵਾਇਰਲ ਨਾ ਕੀਤਾ ਜਾਵੇ। ਜਿਸ ਦੇ ਵੀ ਫੋਨ ਵਿੱਚ ਇਹ ਵੀਡੀਓ ਆ ਰਹੀ ਹੈ ਉਸ ਨੂੰ ਡਿਲੀਟ ਕਰ ਦਿੱਤਾ ਜਾਵੇ ਤਾਂ ਕਿ ਹੋਰ ਫੈਲਣ ਤੋਂ ਰੋਕਿਆ ਜਾਵੇ। ਇਹ ਘਟਨਾ ਜਲੰਧਰ ਏਰੀਏ ਦੀ ਹੈ। ਜੇਕਰ ਤੁਹਾਡੇ ਫੋਨ ਵਿੱਚ ਵੀ ਅਜਿਹੀ ਕੋਈ ਵੀਡੀਓ ਆਉਂਦੀ ਹੈ ਤਾਂ ਉਸ ਨੂੰ ਡਿਲੀਟ ਕਰ ਦਿਓ ਕਿਉਂਕਿ ਇਸ ਨਾਲ ਤੁਸੀਂ ਕਿਸੇ ਵੀ ਧੀ ਭੈਣ ਦੀ ਇੱਜ਼ਤ ਨੂੰ ਬਚਾ ਸਕਦੇ ਹੋ ਅਤੇ ਉਸ ਵੀਡੀਓ ਨੂੰ ਫੈਲਣ ਤੋਂ ਰੋਕ ਸਕਦੇ ਹੋ ਕਿਉਂਕਿ ਕਿਸੇ ਦੇ ਮਜ਼ਾਕ ਦੇ ਕਾਰਨ ਕਿਸੇ ਦੀ ਧੀ ਭੈਣ ਦੀ ਜ਼ਿੰਦਗੀ ਬਰਬਾਦ ਨਾ ਹੋਵੇ। ਧੰਨਵਾਦ।